ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂਰ, ਜਾਣਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਫੌਜਾ ਸਿੰਘ ਸਰਾਰੀ ਜਿਹੜੇ ਆ ਉਹ ਬਚਾ ਲਏ ਗਏ ਨੇ। ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ, ਕਿੱਥੇ ਕਿਤੇ ਜਾਂਚ ਪਹੁੰਚੀ ਕਿ ਬਚਾ ਲਏ ਗਏ ਜਾਂ ਵਿੱਚ ਬਚਾਲੀ ਹੈ ਜਾਂ ਕਾਰਵਾਈ ਹੋਏਗੀ, ਇਸੇ ਅਸੀਂ ਗੱਲਬਾਤ ਜਿਹੜੀ ਕਰਾਂਗੇ। ਤਾਂ ਉੱਧਰ ਇੱਕ ਹੋਰ ਵਿਧਾਇਕ ਜਿਹੜੇ ਆ ਉਹ ਬੁਰੇ ਫਸ ਗਏ ਨੇ। ਕਿਵੇਂ ਬੁਰੇ ਫਸ ਗਏ? ਆਮ ਆਦਮੀ ਪਾਰਟੀ ਦੇ ਵਿਧਾਇਕ ਕੌਣ ਨੇ, ਕਿਸ ਤਰੀਕੇ ਦੇ ਨਾਲ ਫਸੇ ਨੇ, ਉਸ ਤੇ ਗੱਲਬਾਤ ਜਿਹੜੀ ਉਹ ਕਰਾਂਗੇ। ਤਾਂ ਉੱਧਰ ਜਿਹੜੀ ਜਿਵੇਂ ਮੁੱਠੀ ਦੇ ਵਿੱਚੋਂ ਰੇਤ ਜਿਹੜੀ ਆ ਉਹ ਫਿਸਲਦੀ ਹੁੰਦੀ ਆ, ਉਸ ਤਰੀਕੇ ਦੇ ਨਾਲ ਸੁਖਬੀਰ ਹੋਣਾ ਦੇ ਹੱਥੋਂ, ਅਕਾਲੀ ਦਲ ਦੇ ਹੱਥੋਂ ਜਿਹੜਾ ਇੱਕ ਇੱਕ ਕਰਕੇ ਸਭ ਕੁਝ ਛੁੱਟ ਰਿਹਾ। ਪਹਿਲਾਂ ਜਿਹੜੇ ਸਿਆਸੀ ਤੌਰ ਤੇ ਸੱਤਾ ਚਲੀ ਗਈ, ਫਿਰ ਪਾਰਟੀ ਦੇ ਵਿੱਚੋਂ ਵੱਡੇ ਵੱਡੇ ਲੀਡਰ ਜਾ ਰਹੇ ਨੇ, ਤੇ ਹੁਣ ਇੱਕ ਇੱਕ ਕਰਕੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਜਿਹੜੀ ਕਰ ਰਹੀ ਸ਼੍ਰੋਮਣੀ ਕਮੇਟੀ ਸੀ ਉਹ ਜਿਹੜੀ ਬਾਦਲਾਂ ਦੀ ਹੋਈ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਸੀ, ਤੇ ਉਹਦੇ ਹੱਥੋਂ ਵੀ ਹੁਣ ਇੱਕ ਕਰਕੇ ਜਿਹੜੇ ਆ ਗੁਰਦੁਆਰਾ ਸਾਹਿਬ ਹੱਥੋਂ ਜਾ ਰਹੇ ਨੇ। ਪਹਿਲਾਂ ਦਿੱਲੀ ਦਾ ਪ੍ਰਬੰਧ ਹੱਥੋਂ ਗਿਆ ਤੇ ਹੁਣ ਹਰਿਆਣੇ ਵਾਲਾ ਵੀ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲਾਂ ਦੀ ਹਾਲਾਤ, ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਜਿਹੜੇ ਉਹ ਕਿਹੋ ਜਿਹੇ ਰਹਿਣ ਵਾਲੇ ਨੇ, ਉਸੇ ਗੱਲਬਾਤ ਜਿਹੜੀ ਅਸੀਂ ਕਰਾਂਗੇ। ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਕੀ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਅਣਕ ਸਾਹਿਬ, ਸ਼ੁਰੂਆਤ ਜਿਹੜੀ ਆ ਨਾ ਆਪਾਂ ਫੌਜਾ ਸਿੰਘ ਸਰਾਰੀ ਵਾਲੀ ਖਬਰ ਤੋਂ ਹੀ ਕਰੀਏ। ਪਿਛਲੇ ਦਿਨਾਂ ਤੋਂ ਕੁਝ ਘਟਨਾਵਾਂ ਜਿਹੜੀਆਂ ਇਹੋ ਜਿਹੀਆਂ ਵਾਪਰ ਗਈਆਂ, ਚਾਹੇ ਉਹ BMW ਵਾਲੀ ਹੋਵੇ, ਚਾਹੇ ਉਹ ਭਗਵੰਤ ਸਿੰਘ ਦੇ ਸ਼ਰਾਬ ਕਰਕੇ ਜਿਹੜਾ ਉਹ ਜਹਾਜ਼ ਦੇ ਵਿੱਚੋਂ ਉਤਾਰਨ ਵਾਲੀ ਹੋਵੇ, ਚਾਹੇ ਉਹ ਜਿਹੜੀ CU ਯੂਨੀਵਰਸਿਟੀ ਜਿਹੜੀ ਹੈ ਚੰਡੀਗੜ੍ਹ ਯੂਨੀਵਰਸਿਟੀ, ਉਹਦੇ ਵਿੱਚ ਜੋ ਮਾਮਲਾ ਵਾਪਰਿਆ ਅਸ਼ਲੀਲ ਵੀਡੀਓ ਦਾ, ਉਹਦੇ ਕਰਕੇ ਜਿਹੜਾ ਉਹ ਧਿਆਨ ਜਿਹੜਾ ਲੋਕਾਂ ਦਾ ਫੌਜਾ ਸਿੰਘ ਸਰਾਰੀ ਵਾਲੇ ਮਸਲੇ ਤੋਂ ਹਟ ਗਿਆ। ਕੁਝ ਆਪਣੇ ਮੈਂ ਮੀਡੀਆ ਦੀ ਵੀ ਗੱਲ ਕਰਾਂ, ਸਾਡੇ ਭਾਈਚਾਰੇ ਦੀ ਵੀ ਗੱਲ ਕਰਾਂ, ਜਿਹੜੇ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਿਆਦਾ TRP ਮਿਲਦੀ ਹੋਵੇ, ਉਹ ਵੀ ਜਿਹੜਾ ਉੱਧਰਲੇ ਪਾਸੇ ਨੂੰ ਹੋ ਜਾਂਦਾ। ਤੇ ਅਜਿਹੇ ਦੇ ਵਿੱਚ ਇੰਜ ਨਹੀਂ ਲੱਗ ਰਿਹਾ ਕਿ ਫੌਜਾ ਸਿੰਘ ਸਰਾਰੀ ਦਾ ਜਿਹੜਾ ਉਹ ਮਸਲਾ ਦੱਬਿਆ ਗਿਆ ਹੋਵੇ, ਇੱਕਵੇਂ ਮਸਲਾ ਵਿੱਚ ਰਹਿ ਗਿਆ। ਜਿਹੜਾ ਲੋਟਸ ਸੀ ਉਹ ਵੀ ਜਿਹੜਾ ਇਸੇ ਕਰਕੇ ਚੱਕਿਆ ਗਿਆ, ਲੋਕ ਸੋਚਦੇ ਸੀਗੇ, ਚਾਹੇ ਉਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਚੱਕਿਆ ਗਿਆ, ਜਿਹੜਾ ਚੱਲਣਾ ਹੈ ਕੱਲ ਨੂੰ, ਉਸ ਪੂਰੇ ਮਾਮਲੇ ਦੇ ਵਿੱਚ ਫੌਜਾ ਸਿੰਘ ਸਰਾਰੀ ਵਾਲਾ ਮਸਲਾ ਜਿਹੜਾ ਕਿਤੇ ਨਾ ਕਿਤੇ ਦੱਬ ਕੇ ਰਹਿ ਗਿਆ। ਅਣਕੀ ਸਾਹਿਬ, ਕੀ ਲੱਗਦਾ ਕਿ ਕਿੱਥੇ ਕਿ ਜੇ ਪਹੁੰਚੀ ਹੈ ਗੱਲ, ਕੀ ਲੱਗਦਾ ਕਿ ਇਹਦੇ ਵਿੱਚ ਇਨਸਾਫ਼ ਜਿਹੜਾ ਉਹ ਮਿਲੂਗਾ ਤਰਸੇਮ ਲਾਲ ਕਪੂਰ ਨੂੰ? ਤਰਸੇਮ ਲਾਲ ਕਪੂਰ ਜਿਹੜੇ ਆ ਉਹ ਲਗਾਤਾਰ ਅੜੇ ਹੋਏ ਆ, ਹਾਲਾਂਕਿ ਕਿ ਮੈਂ ਆਪਣੀ ਗੱਲ ਤੇ ਅੜਿਆ ਹੋਇਆ, ਔਰ ਇਹਦੇ ਵਿੱਚ ਸੱਚ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਨਿਕਲ ਕੇ ਸਾਹਮਣੇ ਆਊਗਾ। ਕੀ ਲੱਗਦਾ ਹੈ ਕਿ ਜੋ ਹਾਲਾਤ ਬਣ ਗਏ ਹੈ, ਲੱਗਦਾ ਕਿ ਫੌਜਾ ਸਿੰਘ ਸਰਾਰੀ ਵਾਲੇ ਮਸਲੇ ਦਾ ਕੁਝ ਬਣੇਗਾ ਜਾਂ ਫਿਰ ਇਸ ਤਰੀਕੇ ਨਾਲ ਦੱਬਿਆ ਜਾਊਗਾ? ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਪਿਛਲੇ ਦਿਨਾਂ 'ਚ ਘਟਨਾਵਾਂ ਵਾਪਰੀਆਂ ਨੇ ਔਰ ਫੌਜਾ ਸਿੰਘ ਸਰਾਰੀ ਦਾ ਮੁੱਦਾ ਅਖਬਾਰਾਂ ਦੇ ਪਹਿਲੇ ਪੰਨੇ ਤੋਂ ਹਟਦਾ ਹਟਦਾ ਹੁਣ ਇੱਕ ਕਿਸਮ ਦਾ ਅਲੋਪ ਹੀ ਹੋ ਗਿਆ, ਤਾਂ ਲੱਗਦਾ ਨਹੀਂ ਹੈ ਕਿ ਫੌਜਾ ਸਿੰਘ ਸਰਾਰੀ ਦਾ ਮੁੱਦਾ ਕੋਈ ਹੁਣ ਦੁਬਾਰਾ ਉੱਭਰੇਗਾ ਜਾਂ ਪੇਸ਼ ਹੋਵੇਗਾ, ਕਿਉਂਕਿ ਇਸ ਵੇਲੇ ਕੁਝ ਅਜਿਹੀਆਂ ਘਟਨਾਵਾਂ ਹੀ ਇੰਨੀਆਂ ਵੱਡੀਆਂ ਆ ਗਈਆਂ ਨੇ ਕਿ ਫੌਜਾ ਸਿੰਘ ਸਰਾਰੀ ਦਾ ਮੁੱਦਾ ਆਪਣੇ ਆਪ ਦੇ ਵਿੱਚ ਨੱਪਿਆ ਗਿਆ। ਵਿਰੋਧੀ ਧਿਰਾਂ ਜਿਸ ਤਰੀਕੇ ਨਾਲ ਬੀਤੇ ਦਿਨ ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਦੀਆਂ ਪਈਆਂ ਸਨ, ਕਿਉਂਕਿ ਵਿਰੋਧੀ ਧਿਰਾਂ ਦੀ ਇਹੋ ਹੀ ਹੁੰਦਾ ਕਿ ਕੋਈ ਨਾ ਕੋਈ ਮੁੱਦਾ ਆਵੇ ਤਾਂ ਸਰਕਾਰ ਨੂੰ ਘੇਰਿਆ ਜਾਵੇ। ਤਾਂ ਹੁਣ ਫੌਜਾ ਸਿੰਘ ਸਰਾਰੀ ਤੋਂ ਬਾਅਦ ਇੱਕ ਅਹਿਮ ਮੁੱਦਾ ਜਿਹੜਾ ਉਹਨਾਂ ਦੇ ਹੱਥ ਭਗਵੰਤ ਸਿੰਘ ਮਾਨ ਦਾ ਜਹਾਜ਼ ਦੇ ਵਿੱਚੋਂ ਉਤਾਰਨ ਦਾ ਮੁੱਦਾ ਜਿਹੜਾ ਉਹ ਹੱਥ ਆ ਗਿਆ। ਸੋ ਵਿਰੋਧੀ ਧਿਰਾਂ ਦੀ ਭੂਮਿਕਾ ਵੀ ਜਿਹੜੀ ਆ ਉਸ ਮੁੱਦੇ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਭਗਵੰਤ ਮਾਨ ਦੇ ਦੁਆਲੇ ਟਾਰਗੇਟ ਕਰ ਦਿੱਤਾ ਗਿਆ। ਤੇ ਇਹਦੇ ਨਾਲ ਹੀ ਨਾਲ ਤੁਹਾਨੂੰ ਪਤਾ ਹੋਵੇਗਾ, ਜਦੋਂ ਯਾਦ ਹੋਵੇਗਾ, ਜਦੋਂ ਪਹਿਲਾਂ ਫੌਜਾ ਸਿੰਘ ਸਰਾਰੀ ਦੇ ਮੁੱਦੇ ਤੇ ਗੱਲ ਹੁੰਦੀ ਸੀ ਤਾਂ ਇਹ ਕਿਹਾ ਜਾਂਦਾ ਸੀ ਕਿ ਜਦੋਂ ਮੁੱਖ ਮੰਤਰੀ ਸਾਹਿਬ ਵਾਪਸ ਆਉਣਗੇ ਤੇ ਆਣ ਕੇ ਇਹਦੇ ਸੰਬੰਧੀ ਉਹ ਫੈਸਲਾ ਲੈਣਗੇ। ਹੁਣ ਫੈਸਲਾ ਕੀ ਲੈਣਾ, ਹੁਣ 22 ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਉਹ ਬੁਲਾਇਆ ਜਾਣਾ, ਧਿਆਨ ਉਧਰ ਵੀ ਕਨਵਰਟ ਹੋ ਗਿਆ। ਦੂਜੇ ਪਾਸੇ ਭਗਵੰਤ ਮਾਨ ਹੋਣਾ ਦੀ ਆਪਣੀ ਸਥਿਤੀ ਕਿਹੋ ਜਿਹੀ ਅਗਲੇ ਦਿਨਾਂ 'ਚ ਹੁੰਦੀ ਹੈ, ਜਾਂ ਵਿਰੋਧੀ ਧਿਰ ਫੌਜਾ ਸਿੰਘ ਸਰਾਰੀ ਨੂੰ ਛੱਡ ਕੇ ਭਗਵੰਤ ਮਾਨ ਨੂੰ ਕਿਸ ਤਰੀਕੇ ਨਾਲ ਘੇਰਦੇ ਨੇ, ਸੋ ਇਹੋ ਜਿਹੇ ਮੁੱਦਿਆਂ ਦੇ ਵਿੱਚ ਇਹ ਵਾਕਿਆ ਹੀ ਇਹ ਫੌਜਾ ਸਿੰਘ ਸਰਾਰੀ ਦਾ ਮੁੱਦਾ ਜਿਹੜਾ ਅਸੀਂ ਕਹਿ ਸਕਦੇ ਕਿ ਠੰਡੇ ਬਸਤੇ 'ਚ ਪਾ ਦਿੱਤਾ ਗਿਆ। ਬਾਕੀ ਰਹੀ ਤਰਸੇਮ ਲਾਲ ਕਪੂਰ ਦੀ ਗੱਲ, ਤਰਸੇਮ ਲਾਲ ਕਪੂਰ ਜਿਹੜਾ ਇੱਕ ਵਲੰਟੀਅਰ ਹੈਗਾ ਮਹਿਜ਼, ਉਹਨੇ ਇਲਜ਼ਾਮ ਲਾਏ ਨੇ, ਤਾਂ ਜਦੋਂ ਪਾਰਟੀਆਂ ਜਦੋਂ ਸਾਧਨ ਜਿਸ ਤਰੀਕੇ ਨਾਲ ਰਾਘਵ ਚੱਡਾ ਦੇ ਉਹ ਸੰਪਰਕ ਵਿੱਚ ਸੀ ਜਾਂ ਰਾਘਵ ਚੱਡਾ ਉਹਦੇ ਨਾਲ ਗੱਲਬਾਤ ਕਰਦਾ ਪਿਆ ਸੀ, ਹੁਣ ਮੁੱਖ ਮੰਤਰੀ ਵੀ ਆ ਗਏ ਨੇ, ਇੱਕ ਅੱਧੀ ਮੁਲਾਕਾਤ ਤਰਸੇਮ ਲਾਲ ਕਪੂਰ ਦੀ ਮੁੱਖ ਮੰਤਰੀ ਨਾਲ ਵੀ ਕਰਵਾਈ ਜਾ ਸਕਦੀ ਆ, ਤਾਂ ਕੁਦਰਤੀ ਤੌਰ ਤੇ ਇਹ ਜਿਹੜਾ ਮੁੱਦਾ ਫੌਜਾ ਸਿੰਘ ਸਰਾਰੀ ਦਾ ਇਹ ਠੰਡੇ ਬਸਤੇ 'ਚ ਹੀ ਗਿਆ। ਸਮਝੋ ਕਾਰਵਾਈ ਜੇਕਰ ਹੋਣੀ ਹੁੰਦੀ ਜਦੋਂ ਮਸਲਾ ਇਹ ਗਰਮ ਸੀ ਉਦੋਂ ਉਹਦੇ ਉੱਤੇ ਜ਼ਿਆਦਾ ਚਾਂਸ ਸਨ, ਪਰ ਹੁਣ ਜਿਸ ਤਰੀਕੇ ਨਾਲ ਹਰ ਵਿਰੋਧੀ ਪਾਰਟੀ ਜਾਂ ਹਰ ਅਖਬਾਰ ਜਾਂ ਹਰ ਨਿਊਜ਼ ਪੇਪਰ ਜਾਂ ਮੀਡੀਆ ਪਰਸਨ ਕੋਈ ਵੀ ਇਹ ਸਾਰੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਉਸ ਮੁੱਦੇ ਦੇ ਉੱਤੇ ਭਗਵੰਤ ਮਾਨ ਵਰਗਾ ਅਹਿਮ ਮੁੱਦਾ ਅਗਰ ਵਿਰੋਧੀ ਧਿਰਾਂ ਨੂੰ ਮਿਲਦਾ ਤਾਂ ਉਹਨਾਂ ਨੇ ਫੌਜਾ ਸਿੰਘ ਸਰਾਰੀ ਕੋ ਕੀ ਲੈਣਾ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਸਾਰੇ ਸੰਬੰਧ ਵਿੱਚ ਫੌਜਾ ਸਿੰਘ ਸਰਾਰੀ ਦੀ ਇੱਕ ਕਿਸਮ ਦਾ ਲਾਟਰੀ ਨਿਕਲ ਗਈ ਆ ਕਿ ਨਾ ਕੋਈ ਹੁਣ ਕੋਈ ਕਾਰਵਾਈ ਹੋਣੀ
ਹੋਣੀ ਆ ਕਿਉਂਕਿ ਕਾਰਵਾਈ ਹੁਣ ਵੱਡਿਆਂ ਹੱਥਾਂ ਤੱਕ ਜਾਂ ਵੱਡੀਆਂ ਸ਼ਖਸੀਅਤਾਂ ਤੱਕ ਜਿਹੜੀ ਪਹੁੰਚ ਗਈ ਆ ਸੋ ਉਹ ਸਾਰੇ ਸੰਬੰਧ ਦੇ ਵਿੱਚ ਅਸੀਂ ਕਹਿ ਸਕਦੇ ਕਿ ਕਾਰਵਾਈ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਫੌਜਾ ਸਿੰਘ ਸਰਾਰੀ ਦੇ ਖਿਲਾਫ਼ ਕੋਈ ਕਾਰਵਾਈ ਹੋਵੇ ਕਿਉਂਕਿ ਹੁਣ ਜਿਸ ਤਰੀਕੇ ਨਾਲ ਸਰਕਾਰ ਵੱਖ ਵੱਖ ਮੁੱਦਿਆਂ ਤੇ ਆਪਣੇ ਆਪ ਨੂੰ ਪੇਸ਼ ਕਰਨ ਦੇ ਯਤਨ ਦੇ ਵਿੱਚ ਆਪਰੇਸ਼ਨ ਲੋਟਸ ਹੋ ਗਿਆ ਜਾਂ ਵਿਧਾਨ ਸਭਾ ਦੇ ਵਿੱਚ ਜਿਹੜਾ ਵਿਸ਼ੇਸ਼ ਅਜਲਾਸ ਬੁਲਾਇਆ ਜਾਣਾ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਥਿਤੀ ਕੱਲ੍ਹ ਅਰਵਿੰਦ ਕੇਜਰੀਵਾਲ ਵੀ ਭਗਵੰਤ ਮਾਨ ਦੇ ਹੱਕ 'ਚ ਬੋਲੇ ਸੋ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਵਾਕਿਆ ਹੀ ਇਹ ਮੁੱਦਾ ਜਿਹੜਾ ਆ ਇਹ ਨੱਪਿਆ ਗਿਆ ਲੋਕਾਂ ਦਾ ਧਿਆਨ ਵੀ ਹੁਣ ਇਹਦੇ ਵੱਲੋਂ ਹਟ ਕੇ ਉਸ ਸਥਿਤੀ ਵੱਲ ਹੋ ਗਿਆ ਜਿਸ ਸਥਿਤੀ ਮੈਂ ਨਹੀਂ ਸਮਝਦਾ ਕਿ ਕੋਈ ਏਡਾ ਵੱਡਾ ਅਹਿਮ ਮੁੱਦਾ ਸੀ ਠੀਕ ਅਖਬਾਰਾਂ ਨੇ ਉਸ ਚੀਜ਼ ਨੂੰ ਬਣਾ ਦਿੱਤਾ ਗਿਆ ਪਰ ਆਹ ਜਿਹੜਾ ਮੁੱਦਾ ਸੀ ਇਹ ਵੀ ਵਿਰੋਧੀ ਪਾਰਟੀਆਂ ਨੂੰ ਛੱਡਣਾ ਨਹੀਂ ਸੀ ਚਾਹੀਦਾ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਰਕਾਰ ਤੋਂ ਘੇਰਿਆ ਜਾਂਦਾ ਕੱਲ੍ਹ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਸੀ ਜਾਂ ਵੱਖ ਵੱਖ ਵਿਰੋਧੀ ਧਿਰਾਂ ਦੇ ਲੀਡਰਾਂ ਨੇ ਉਹ ਬਿਆਨ ਹੀ ਛੱਡ ਦਿੱਤੇ ਜਿਸ ਮੁੱਦੇ ਤੇ ਸਰਕਾਰ ਨੂੰ ਘੇਰਿਆ ਜਾ ਸਕਦਾ ਸੀ ਤਾਂ ਉਹਨਾਂ ਕੋਲ ਕਿਉਂਕਿ ਮੁੱਦਾ ਇੱਕ ਦਿਲਚਸਪੀ ਵਾਲਾ ਆ ਗਿਆ ਇੱਕ ਕਰੈਕਟਰ ਅਸੈਸੀਨੇਸ਼ਨ ਦਾ ਕਿ ਉਧਰ ਨੂੰ ਉਹਨਾਂ ਨੇ ਮੁੱਖ ਮੋੜ ਲਏ ਇਹੋ ਹੀ ਕਾਰਨ ਆ ਕਿ ਪੰਜਾਬ ਦੇ ਵਿੱਚ ਸ਼ਾਇਦ ਵਿਰੋਧੀ ਧਿਰਾਂ ਵੀ ਆਪਣੀ ਭੂਮਿਕਾ ਠੀਕ ਤਰੀਕੇ ਨਾਲ ਨਹੀਂ ਨਿਭਾ ਰਹੀਆਂ ਇਹੋ ਜਿਹੇ ਮੁੱਦਿਆਂ ਨੂੰ ਪੇਸ਼ ਕੀਤਾ ਜਾ ਰਿਹਾ ਜਿਨ੍ਹਾਂ ਮੁੱਦਿਆਂ ਦਾ ਸੰਬੰਧ ਪੰਜਾਬ ਦੀ ਜਨਤਾ ਦੇ ਨਾਲ ਸਿੱਧੇ ਤੌਰ ਤੇ ਨਹੀਂ ਹੈਗਾ ਸੋ ਕੁਦਰਤੀ ਤੌਰ ਤੇ ਕਿਹਾ ਜਾ ਸਕਦਾ ਕਿ ਫੌਜਾ ਸਿੰਘ ਸਰਾਰੀ ਦਾ ਮੁੱਦਾ ਹੁਣ ਬੀਤੇ ਦੀ ਗੱਲ ਹੋ ਜਾਣੀ ਆ ਮੇਰਾ ਨਹੀਂ ਖਿਆਲ ਕੋਈ ਇਹਦੇ ਸੰਬੰਧੀ ਕੋਈ ਕਾਰਵਾਈ ਹੋਵੇ ਜੀ ਬਿਲਕੁਲ ਬਿਲਕੁਲ ਦੇਖਦੇ ਹਾਂ ਕਿ ਫੌਜਾ ਸਿੰਘ ਸਰਾਰੀ ਦੇ ਮਸਲੇ ਤੇ ਕੀ ਕੁਝ ਕਾਰਵਾਈ ਜਿਹੜੀ ਕਰਦੀ ਆ ਕਹਿੰਦੇ ਸੀ ਕਿ ਜਿਹੜੀ ਆ ਉਹ ਜਿਹੜੀ ਆ ਜਿਹੜੀ ਇਨਕੁਆਇਰੀ ਵੀ ਚੱਲ ਰਹੀ ਹੈ ਔਰ ਇਹ ਵੀ ਗੱਲ ਕਹੀ ਜਾ ਰਹੀ ਸੀਗੀ ਕਿ ਭਗਵੰਤ ਸਿੰਘ ਮਾਨ ਜਿਹੜੇ ਜਦੋਂ ਹੋਣਗੇ ਉਹ ਕਾਰਵਾਈ ਆ ਕੇ ਕਰਨਗੇ ਅਤੇ ਆਉਂਦੇ ਭਗਵੰਤ ਮਾਨ ਜਿਹੜੇ ਉਹ ਖੁਦ ਫਸ ਗਏ ਤਾਂ ਹੁਣ ਦੇਖਣ ਵਾਲੀ ਗੱਲ ਆ ਕਿ ਭਗਵੰਤ ਸਿੰਘ ਮਾਨ ਕੱਲ ਨੂੰ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਲੈ ਕੇ ਵਿਚਰਦੇ ਆ ਮੀਡੀਆ ਵੀ ਜਦੋਂ ਪੁੱਛੂਗਾ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿਉਂਕਿ ਕੱਲ ਅਜਲਾਸ ਜਿਹੜਾ ਹੈਗਾ ਵਿਸ਼ੇਸ਼ ਸਦਨ ਇਜਲਾਸ ਹੈ ਤੇ ਉਹਦੇ ਵਿੱਚ ਜਦੋਂ ਭਗਵੰਤ ਸਿੰਘ ਮਾਨ ਜਾਂ ਹੋਰਨਾਂ ਲੀਡਰਾਂ ਤੋਂ ਪੁੱਛਿਆ ਜਾਊਗਾ ਤਾਂ ਅਸੀਂ ਵੀ ਮੀਡੀਆ ਦੇ ਰਾਹੀਂ ਜਿਹੜਾ ਪੁੱਛਣ ਦੀ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਔਰ ਸਾਡੇ ਜਿਹੜੇ ਹੋਰ ਸਾਥੀ ਭਾਈਚਾਰਾ ਹੈਗਾ ਉਹਨਾਂ ਨੂੰ ਵੀ ਅਸੀਂ ਕਰਾਂਗੇ ਅਪੀਲ ਕਿ ਇਸ ਪੂਰੇ ਮਸਲੇ ਤੇ ਵੀ ਜਿਹੜੇ ਆ ਉਹ ਸਵਾਲ ਪੁੱਛੇ ਜਾਣ ਕਿ ਫੌਜਾ ਸਿੰਘ ਸਰਾਰੀ ਦੇ ਮਸਲੇ ਤੇ ਬਣਿਆ ਕੀ ਹੈ ਤਾਂ ਉਧਰ ਇੱਕ ਹੋਰ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਸਰ ਬੁਰੇ ਤਰੀਕੇ ਦੇ ਨਾਲ ਘਿਰ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਧਰਨੇ ਲਾਏ ਜਾ ਰਹੇ ਆ ਸੁਖਬੀਰ ਮਾਈਸਰ ਖਾਨਾ ਉਹ ਕੀ ਚੱਕਰ ਪੈ ਗਿਆ ਉਹਨਾਂ ਨੇ ਕੀ ਹੁਣ ਪੰਗਾ ਲੈ ਲਿਆ ਸੁਖਵਿੰਦਰ ਜੀ ਜਿਹੜਾ ਇਸ ਵਿਧਾਇਕ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਇਹ ਵਿਧਾਇਕ ਦਾ ਸਿੱਧਾ ਕੋਈ ਨਿੱਜੀ ਮਾਮਲਾ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ ਕਿਸਾਨ ਜਥੇਬੰਦੀਆਂ ਉਸ ਜਿਹੜੇ ਕਿਸਾਨਾਂ ਦੇ ਲਟਕਣੇ ਮਸਲੇ ਨੇ ਉਹਨਾਂ ਨੂੰ ਲੈ ਕੇ ਜਿਹੜੇ ਵਿਧਾਇਕ ਦੇ ਖਿਲਾਫ ਜਿਹੜੇ ਜਿਹਨਾਂ ਦਾ ਤੁਸੀਂ ਨਾਂ ਰਹਿੰਦੇ ਉਹਨਾਂ ਦੇ ਖਿਲਾਫ ਉਹ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਇਹ ਬੀਤੇ ਦਿਨਾਂ ਦੇ ਵਿੱਚ ਉਸ ਵਿਧਾਇਕ ਜੀ 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 ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਸ ਵਿਧਾਇਕ ਵੱਲੋਂ ਜਿਹੜੀ ਮਾਈਨਿੰਗ ਦੇ ਮੁੱਦੇ ਦੇ ਉੱਤੇ ਔਰ ਦੂਸਰੇ ਪਾਸੇ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਕੁਝ ਦਰਜ ਕਰਾਏ ਗਏ ਸਨ ਕਿ ਜਿਹੜੀ ਮਾਈਨਿੰਗ ਦੀ ਜਿਹੜੀ ਗੱਲ ਉੱਥੇ ਹੋਈ ਸੀ ਕਿਸਾਨਾਂ ਵੱਲੋਂ ਮਾਈਨਿੰਗ ਜਿਹੜੀ ਕੀਤੀ ਜਾ ਰਹੀ ਸੀ ਦੂਜੇ ਉਹਦੇ ਨਾਲ ਹੀ ਨਾਲ ਕੁਝ ਜਿਹੜੀਆਂ ਜ਼ਮੀਨਾਂ ਸੀ ਉਹਨਾਂ ਦੇ ਕਬਜ਼ੇ ਜਿਹੜੇ ਉਹ ਵੀ ਛਡਵਾਏ ਗਏ ਸਨ ਵਿਧਾਇਕ ਨੂੰ ਪੁਲਿਸ ਦੀ ਮਦਦ ਦੇ ਨਾਲ ਔਰ ਜਿਹਨਾਂ ਕਿਸਾਨਾਂ ਕੋਲ ਉਹ ਜ਼ਮੀਨਾਂ ਸਨ ਉਹਨਾਂ ਦੇ ਪਰਚੇ ਜਿਹੜੇ ਵਿਧਾਇਕ ਨੇ ਇਹ ਵੀ ਇਲਜ਼ਾਮ ਲਾਏ ਸੀ ਕਿ ਜਦੋਂ ਮੈਂ ਉੱਥੇ ਮਾਈਨਿੰਗ ਰੁਕਵਾਉਣ ਦੇ ਲਈ ਪਹੁੰਚਿਆ ਤਾਂ ਕਿਸਾਨਾਂ ਨੇ ਮੇਰੇ ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਉਸ ਸੰਬੰਧ ਦੇ ਵਿੱਚ ਜਿਹੜੇ ਪਰਚੇ ਦਰਜ ਕਰਵਾਏ ਗਏ ਉਹ ਰੱਦੀਕਰਨ ਦੀ ਗੱਲ ਕਹਿੰਦੇ ਕੀਤੀ ਜਾ ਰਹੀ ਹੈ ਨਹੀਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ ਉਹ ਵੀ ਹੋ ਸਕਦੇ ਨੇ ਪਰ ਜਿਹੜੇ ਕਿਸਾਨਾਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਇਹਨਾਂ ਮੁੱਦਿਆਂ ਦੇ ਨਾਲ ਨਾਲ ਜਿਹੜਾ ਬਿਜਾਈ ਦਾ ਮੁੱਦਾ ਸੀ 1500 ਰੁਪਇਆ ਜਿਹੜਾ ਸਿੱਧੀ ਬਿਜਲੀ ਪਾਣੀ ਸਿੱਧੀ ਬਿਜਾਈ ਕਰਨਾ ਸੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਅੱਜ ਮੋੜ ਮੰਡੀ ਦੇ ਵਿੱਚ ਉਹਨਾਂ ਨੇ ਦੂਜੇ ਦਿਨ ਧਰਨਾ ਜਿਹੜਾ ਸੀ ਉਹ ਦਿੱਤਾ ਹੈਗਾ ਤੇ ਅਗਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਤੱਕ ਕਿਸਾਨਾਂ ਦੇ ਉਹ ਜਿਹੜੀਆਂ ਮੰਗਾਂ ਨੇ ਉਹ ਪੂਰਨ ਤੌਰ ਤੇ ਮੰਗੀਆਂ ਨਹੀਂ ਜਾਂਦੀਆਂ ਉਹਨਾਂ ਚਿਰ ਤੱਕ ਵਿਧਾਇਕ ਦੇ ਖਿਲਾਫ ਜਿਹੜਾ ਧਰਨਾ ਜਿਹੜਾ ਜਾਰੀ ਰਹੇਗਾ ਇਹ ਅਸਲ ਦੇ ਵਿੱਚ ਸੁਖਵਿੰਦਰ ਜੀ ਕੰਮ ਜਿਹੜਾ ਸੀ ਉਸ ਕਰਕੇ ਜ਼ਿਆਦਾ ਉਲਝਿਆ ਕਿ ਜਦੋਂ ਮਾਈਨਿੰਗ ਰਕਮਾਉਣ ਵਾਸਤੇ ਵਿਧਾਇਕ ਉੱਥੇ ਪਹੁੰਚਦਾ ਤਾਂ ਕੁਦਰਤੀ ਤੌਰ ਤੇ ਜਿਹੜੀਆਂ ਕਿਸਾਨ ਜਥੇਬੰਦੀ ਜਾਂ ਕਿਸਾਨ ਆਗੂ ਹੋਣਗੇ ਜ਼ਰੂਰ ਉੱਥੇ ਤੂੰ ਮੈਂ ਹੋਈ ਹੋਏਗੀ ਤਾਂ ਫਿਰ ਕਿਉਂਕਿ ਉਹ ਸਮੇਂ ਦੀ ਹਕੂਮਤ ਦਾ ਵਿਧਾਇਕ ਆ ਤੇ ਉਹਦੇ ਵੱਲੋਂ ਸਿੱਧਾ ਇਹ ਗੱਲ ਕਹਿ ਦਿੱਤੀ ਗਈ ਕਿ ਮੇਰੇ ਉੱਤੇ ਟਰੈਕਟਰ ਚੜਾਇਆ ਗਿਆ ਤਾਂ ਸੁਖਵਿੰਦਰ ਜੀ ਇਹੋ ਜਿਹਾ ਟਰੈਕਟਰ ਚੜਾਉਣਾ ਜਾਂ ਨਾ ਚੜਾਉਣੇ ਵਾਰਤਾ ਤਾਂ ਬੀਤੇ ਸਮੇਂ ਦੇ ਵਿੱਚ ਤੁਹਾਨੂੰ ਵੀ ਯਾਦ ਹੋਏਗਾ ਕਿ ਪਠਾਨਕੋਟ ਏਰੀਏ ਦੇ ਵਿੱਚ ਵੀ ਜਿਹੜੇ ਉੱਥੋਂ ਦੇ ਡਿਪਟੀ ਕਮਿਸ਼ਨਰ ਹਰਜੀਤ ਸਿੰਘ ਸੀ ਉਹਨਾਂ ਦੇ ਉੱਤੇ ਵੀ ਜਿਹੜਾ ਮਾਈਨਿੰਗ ਦਾ ਜਿਹੜਾ ਮੁੱਦਾ ਸੀ ਜਾਂ ਉਹੋ ਜਿਹਾ ਮਾਫੀਆ ਉਹਨਾਂ ਵੱਲੋਂ ਵੀ ਟਰੱਕ ਚੜਾਉਣ ਦਾ ਯਤਨ ਕੀਤਾ ਗਿਆ ਸੋ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਬਣਦੀਆਂ ਰਹਿੰਦੀਆਂ ਨੇ ਅਤੇ ਆਉਂਦੀਆਂ ਵੀ ਰਹਿੰਦੀਆਂ ਨੇ ਉੱਥੇ ਹੁਣ ਸੱਚ ਕੀ ਜਾਂ ਝੂਠ ਕੀ ਆ ਹੁਣ ਵਿਧਾਇਕ ਨੇ ਪਰਚਾ ਜਿਹੜਾ ਦਰਜ ਉਦੋਂ ਕਰਾ ਦਿੱਤਾ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਦੇ ਕਰਕੇ ਜਿਹੜਾ ਦੂਜੇ ਦਿਨ ਮੋੜ ਮੰਡੀ 'ਚ ਇਹ ਧਰਨਾ ਜਿਹੜਾ ਜਾਰੀ ਰਿਹਾ ਉਹਦੇ ਸੰਬੰਧ ਦੇ ਵਿੱਚ ਤੇ ਇਹ ਜਿਹੜੇ ਤੱਥ ਜਿਹੜੇ ਸਾਹਮਣੇ ਆਏ ਨੇ ਕਿਸਾਨ ਜਥੇਬੰਦੀਆਂ ਇਹ ਗੱਲਾਂ ਕਹਿ ਰਹੇ ਨੇ ਕਿ ਜਿਹੜੀ ਮਾਈਨਿੰਗ ਜਿਹੜੀ ਆ ਕਿਸਾਨਾਂ ਨੂੰ ਮਾਈਨਿੰਗ ਦਾ ਹੱਕ ਜਿਹੜਾ ਦਿੱਤਾ ਜਾਵੇ ਕਿਉਂਕਿ ਜ਼ਰੂਰੀ ਨਹੀਂ ਕਿ ਅਸੀਂ ਰੇਤ ਮਾਈਨਿੰਗ ਹੀ ਕਰ
ਕਰਦੀ ਹੈ ਜਾਂ ਜ਼ਮੀਨੀ ਪੁੱਟ ਕੇ ਆਪਣੇ ਸਥਿਤੀਆਂ ਜਿਹੜੀਆਂ ਸੁਧਾਰਦੀਆਂ ਹੋਈਆਂ। ਸੋ ਕਿਸਾਨਾਂ ਦਾ ਔਰ ਪ੍ਰਸ਼ਾਸਨ ਦਾ ਉਸ ਇਸ ਮੁੱਦੇ ਨੂੰ ਲੈ ਕੇ ਉੱਥੇ ਆਹਮੋ ਸਾਹਮਣੇ ਜਿਹੜੇ ਝਗੜਾ ਜਿਹੜਾ ਚੱਲਦਾ ਪਿਆ ਤੇ ਵਿਧਾਇਕ ਉਹਦੇ ਵਿੱਚ ਇਸ ਕਰਕੇ ਆ ਗਿਆ ਕਿਉਂਕਿ ਵਿਧਾਇਕ ਨੇ ਇਹ ਗੱਲ ਕਹਿ ਕੇ ਕਿਸਾਨਾਂ ਦੇ ਉੱਤੇ ਪਰਚੇ ਜਿਹੜੇ ਉਹ ਦਰਜ ਕਰਾਏ ਸਨ। ਸੋ ਕਿਸਾਨ ਜਥੇਬੰਦੀਆਂ ਦਾ ਉਸ ਵਿਧਾਇਕ ਦੇ ਖਿਲਾਫ ਇਸੇ ਪ੍ਰਸੰਗ ਦੇ ਵਿੱਚ ਜਿਹੜਾ ਕੱਲ ਵੀ ਧਰਨਾ ਜਾਰੀ ਰਿਹਾ ਤੇ ਅੱਜ ਵੀ ਉੱਥੇ ਜਿਹੜਾ ਆ ਉਹ ਰੋਸ ਮਾਰਚ ਜਿਹੜਾ ਸ਼ਹਿਰ ਮੋੜ ਮੰਡੀ ਦੇ ਵਿੱਚ ਕੱਢਿਆ ਜਾਣਾ ਆ ਤਾਂ ਜੋ ਉਹਦੇ ਨਾਲ ਹੀ ਨਾ ਕਿਸਾਨਾਂ ਨੇ ਕੁਝ ਹੋਰ ਆਪਣੀਆਂ ਹੱਕੀ ਮੰਗਾਂ ਦੀ ਗੱਲ ਕੀਤੀ ਜਿਸ ਤਰੀਕੇ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਆ ਕਿ ਪਰਾਲੀ ਸਾੜਨ ਦਾ ਜਿਹੜਾ ਆਦੇਸ਼ ਨੇ ਉਹ ਜਾਰੀ ਕਰ ਦਿੱਤੇ ਕਿ ਪਰਾਲੀ ਨਾ ਸਾੜੀ ਜਾਵੇ ਪਰ ਸਰਕਾਰ ਵੱਲੋਂ ਕੋਈ ਵੀ ਸਹੂਲਤ ਜਿਹੜੀ ਨਹੀਂ ਦਿੱਤੀ ਗਈ। ਕਿਸਾਨ ਜਥੇਬੰਦੀਆਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਉੱਥੋਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦਾ ਜਿਹੜਾ ਧੂੰਆਂ ਉਸੇ ਤਰੀਕੇ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਪਿਆ ਜਦੋਂ ਕਿ ਪ੍ਰਸ਼ਾਸਨ ਉਹਨਾਂ ਵੱਲ ਕੋਈ ਧਿਆਨ ਨਹੀਂ ਤੇ ਜਦੋਂ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਗੱਲ ਤੋਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ। ਸੋ ਇਸ ਮੁੱਦੇ ਤੇ ਮੋੜ ਮੰਡੀ ਦੇ ਵਿੱਚ ਜਿਹੜਾ ਸੁਰਜੀਤ ਮਲਾਈਸਰ ਖਾਨਾ ਵਿਧਾਇਕ ਆ ਉਹਦੇ ਖਿਲਾਫ ਇਹ ਧਰਨਾ ਪ੍ਰਦਰਸ਼ਨ ਜਿਹੜੇ ਇਸ ਪ੍ਰਸੰਗ ਦੇ ਵਿੱਚ ਉੱਥੇ ਜਾਰੀ ਨੇ ਤਾਂ ਕੁਦਰਤੀ ਤੌਰ ਤੇ ਵਿਧਾਇਕ ਨੇ ਜਿਹੜੀ ਇਹ ਗੱਲ ਕਹੀ ਕਿ ਮੇਰੇ ਉੱਤੇ ਟਰੈਕਟਰ ਚਲਾਉਣ ਕਿਸਾਨਾਂ ਵੱਲੋਂ ਚੜਾਇਆ ਗਿਆ ਤੇ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਕਿ ਕਿਸਾਨ ਜਥੇਬੰਦੀਆਂ ਇਸ ਇਸ਼ੂ ਨੂੰ ਲੈ ਕੇ ਵੀ ਵਿਧਾਇਕ ਨਾਲ ਨਾਰਾਜ਼ ਨੇ ਤੇ ਹੁਣ ਸਿੱਧਾ ਉਹਨਾਂ ਨੇ ਵਿਧਾਇਕ ਦੇ ਖਿਲਾਫ ਜਿਹੜਾ ਮੋਰਚਾ ਜਿਹੜਾ ਉਹ ਖੋਲ੍ਹ ਦਿੱਤਾ ਤਾਂ ਜੋ ਜਿਹੜੇ ਪਰਚੇ ਜਿਹੜੇ ਕਰਵਾਏ ਗਏ ਨੇ ਉਹ ਰੱਦ ਕਰਵਾਏ ਜਾ ਸਕਣ। ਜੀ ਬਿਲਕੁਲ ਬਿਲਕੁਲ, ਤਾਂ ਦੇਖਦੇ ਹਾਂ ਕਿ ਵਿਧਾਇਕ ਨੂੰ ਕਿਸ ਤਰੀਕੇ ਦੇ ਨਾਲ ਜਿਹੜੀ ਆ ਰਾਹਤ ਮਿਲਦੀ ਹੈ। ਤਾਂ ਉੱਧਰ ਅਣਕੀ ਸਾਹਿਬ ਅਕਾਲੀ ਦਲ ਦਾ ਵੀ ਜਿਹੜਾ ਹਾਲ ਹੈ ਵੱਧ ਤੋਂ ਬਦਤਰ ਹੁੰਦਾ ਜਾ ਰਿਹਾ। ਪਹਿਲਾਂ ਸੱਤਾ ਹੱਥੋਂ ਚਲੀ ਗਈ, ਫਿਰ ਲੀਡਰ ਵੀ ਹੱਥੋਂ ਜਿਹੜੇ ਜਾਣ ਲੱਗ ਗਏ, ਹੁਣ ਪਹਿਲਾਂ ਫਿਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੁੰਦੀ ਸੀਗੀ ਉਹ ਪੂਰੀ ਦੀ ਪੂਰੀ ਇੱਕ ਤਰੀਕੇ ਨਾਲ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਈ। ਭਾਜਪਾ ਵਾਲੇ ਜਿਹੜੇ ਉਹਦਾ ਭਾਜਪਾ ਦੇ ਸਿੱਖ ਲੀਡਰ ਜਿਹੜੇ ਪ੍ਰਬੰਧ ਚਲਾਉਣ ਲੱਗੇ ਨੇ। ਹੁਣ ਹਰਿਆਣੇ ਦੇ ਵਿੱਚ ਵੀ ਕਹਿੰਦੇ ਕਿ ਹਰਿਆਣਾ ਜਿਹੜੀ ਗੁਰਦੁਆਰਾ ਕਮੇਟੀ ਹੈ ਉਹ ਵੀ ਕਹਿੰਦੇ ਹੁਣ ਆਪਣੇ ਵੱਖਰੇ ਸੰਵਿਧਾਨ ਦੇ ਨਾਲ ਚੱਲੂਗੀ। ਪਹਿਲਾਂ ਦੇਸ਼ ਦੇ ਨਹੀਂ ਸਗੋਂ ਕੁਝ ਵਿਦੇਸ਼ਾਂ ਦੇ ਵੀ ਗੁਰਦੁਆਰਿਆਂ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅੰਡਰ ਚੱਲਦੇ ਸੀਗੇ, ਪਰ ਹੁਣ ਕਹਿੰਦੇ ਹਰਿਆਣਾ ਸਰਕਾਰ ਦੇ ਅਧੀਨ ਜਿਹੜੀ ਆ ਉਹ ਕਮੇਟੀ ਚੱਲੇਗੀ, ਹਰਿਆਣਾ ਸਰਕਾਰ ਦੇ ਸੰਵਿਧਾਨ ਦੇ ਅਨੁਸਾਰ ਕਹਿੰਦੇ ਉਹ ਚੱਲੇਗੀ। ਇੱਕ ਇੱਕ ਕਰਕੇ ਇਹ ਜਿਹੜੇ ਸੁਖਬੀਰ ਬਾਦਲ ਹੋਣਾ ਦੇ ਹੱਥੋਂ ਇਹ ਖੁਸਰੀਆਂ ਜਾ ਰਹੀਆਂ ਗੱਲਾਂ ਨੇ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਪਹਿਲਾਂ ਤਾਂ ਸਿਆਸੀ ਤੌਰ ਤੇ ਮਾਰੀ ਗਈ ਅਕਾਲੀ ਦਲ ਹਾਸ਼ੀਏ ਤੇ ਹੈ, ਤੇ ਹੁਣ ਪੰਥਕ ਤੌਰ ਤੇ ਵੀ ਜਿਹੜਾ ਜਿਹਦੇ ਪੰਥਕ ਤੌਰ ਤੇ ਲੰਬੇ ਸਮੇਂ ਤੋਂ ਜਿਹੜੀਆਂ ਵੋਟਾਂ ਬਟੋਰਨ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਕਰਦਾ ਆ ਰਿਹਾ, ਤੇ ਹੁਣ ਪੰਥਕ ਤੌਰ ਤੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਹਿ ਸਕਦੇ ਹਾਂ ਕਿ ਬੈਕਫੁੱਟ ਤੇ ਜਾਣਾ ਪਿਆ। ਸੁਖਿੰਦਰ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹੈ, ਤੇ ਜੇਕਰ ਉਸ ਰੀੜ੍ਹ ਦੀ ਹੱਡੀ ਨੂੰ ਹੀ ਕਿਸੇ ਤਰੀਕੇ ਨਾਲ ਸੱਟ ਪੈਕ ਪਹੁੰਚਦੀ ਹੈ ਤਾਂ ਕੁਦਰਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕਮਜ਼ੋਰ ਹੁੰਦਾ। ਹੁਣ ਕੱਲ੍ਹ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਦਿੱਤਾ ਗਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਵੱਖਰੀ ਹੋਂਦ ਜਿਹੜੀ ਆ ਉਹਨਾਂ ਨੇ ਮਾਨਤਾ ਜਿਹੜੀ ਦੇ ਦਿੱਤੀ, ਕਿਉਂਕਿ ਇਹਦੇ ਖਿਲਾਫ਼ ਬੀਤੇ ਦੌਰ ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਲੱਗ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣਾਈ ਗਈ ਤਾਂ ਉਸ ਵਕਤ ਕਾਫ਼ੀ ਇਤਰਾਜ਼ ਉੱਠੇ, ਪਰ ਉਸ ਵਕਤ ਉਹਨਾਂ ਨੇ ਮਾਨਤਾ ਜਿਹੜੀ ਉਹਨੂੰ ਦੇ ਦਿੱਤੀ ਤੇ ਇਸ ਨੂੰ ਇਸ ਮਾਨਤਾ ਨੂੰ ਹੀ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਅਰਜ਼ੀ ਸੀ ਉਹ ਦਾਇਰ ਕੀਤੀ ਗਈ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਸਮੁੱਚੇ ਦੇਸ਼ ਅੰਦਰ ਵਸਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਜ਼ਿੰਮੇਵਾਰ ਆ ਜਾਂ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਆ, ਤੇ ਇਸ ਕਰਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਉਣ ਦਾ ਜਿਹੜਾ ਐਕਟ ਆ 2015 ਉਸ ਦੀ ਕੋਈ ਲੋੜ ਨਹੀਂ ਹੈਗੀ ਸੰਵਿਧਾਨਕ ਤੌਰ ਤੇ, ਕਿਉਂਕਿ ਕੇਂਦਰ ਹੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਂਦਾ। ਸੋ ਜੇਕਰ ਕੇਂਦਰ ਇੱਕ ਇਹੋ ਜਿਹੀ ਸੰਵਿਧਾਨਕ ਬਾਡੀ ਨੂੰ ਮਾਨਤਾ ਦਿੰਦਾ ਤਾਂ ਫਿਰ ਦੂਸਰੇ ਪਾਸੇ ਕੋਈ ਵੀ ਰਾਜ ਜਿਹੜਾ ਆ ਕੇਂਦਰ ਦੀ ਇਸ ਸੰਵਿਧਾਨਕ ਮੁੱਦੇ ਦੇ ਉੱਤੇ ਕੋਈ ਇੰਟਰਫੇਰੈਂਸ ਜਿਹੜੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਇਸ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਉੱਥੋਂ ਦੇ ਹਰਿਆਣੇ ਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਇੱਕ ਵਿਅਕਤੀ ਵੱਲੋਂ ਜਿਹੜੀ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਗਈ ਸੀ। ਪਰ ਕੱਲ੍ਹ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਉਹਦੇ ਵਿੱਚ ਉਹਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੱਖਰੀ ਮਾਨਤਾ ਨੂੰ ਬਿਲਕੁਲ ਜਸਟੀਫਾਈ ਕਿਹਾ ਔਰ ਉਸਨੂੰ ਮਾਨਤਾ ਜਿਹੜੀ ਉਹ ਦੇ ਦਿੱਤੀ ਹੈ। ਤਾਂ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਤੇ ਇਹਦੇ ਨਾਲ ਹੀ ਨਾਲ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦਾ ਵੀ ਰਸਤਾ ਜਿਹੜਾ ਹੁਣ ਉਹ ਸਾਫ਼ ਹੋ ਗਿਆ। ਸਾਫ਼ ਕਿਉਂਕਿ ਹਰਿਆਣੇ ਦੇ ਵਿੱਚ ਜ਼ਿਆਦਾ ਮੈਂਬਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨ ਉਹ ਅਲੱਗ ਹੋ ਗਏ, ਪ੍ਰਬੰਧ ਜਿਹੜਾ ਅਲੱਗ ਹੋ ਗਿਆ, ਤੇ ਸ਼੍ਰੋਮਣੀ ਅਕਾਲੀ ਦਲ ਇਸ ਤਰੀਕੇ ਨਾਲ ਕਮਜ਼ੋਰ ਹੋਇਆ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਬਣ ਚੁੱਕੀ ਆ, ਹੁਣ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਲੱਗ ਬਣ ਗਈ ਤੇ ਕਿਸੇ ਸਮੇਂ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਨੇ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਉਹਨਾਂ ਦਾ ਪ੍ਰਬੰਧ ਵੀ ਜਿਹੜਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਹੁੰਦਾ ਸੀ, ਉਹ ਵੀ ਹੁਣ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਵੱਖਰੀ ਬਣ ਚੁੱਕੀ ਆ। ਤਾਂ ਹੁਣ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1920 ਜਾਂ 1927 ਦੇ ਵਿੱਚ ਬਣਦੀ ਆ
ਉਸ ਦਾ ਵਜੂਦ ਹੁਣ ਹੌਲੀ 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 ਅਸੀਂ ਕਹਿ ਸਕਦੇ ਹਾਂ ਕਿ ਸਿਮਰਤਾ ਇੱਕ ਛੋਟੇ ਅਰਥ ਇੱਕ ਸੀਮਤ ਦਾਇਰੇ ਵਿੱਚ ਆ ਗਿਆ, ਜਿਸ ਨੂੰ ਜਥੇਦਾਰ ਹਰਪ੍ਰੀਤ ਸਿੰਘ ਹੁਣ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੂਗੋਲਿਕ ਤੌਰ 'ਤੇ ਕਤਲ ਕਰ ਦਿੱਤਾ ਗਿਆ। ਇਹ ਵੀ ਇੱਕ ਸਟੇਟਮੈਂਟ ਜਿਹੜੀ ਜਥੇਦਾਰ ਸਾਹਿਬ ਦੀ ਆਈ ਹੈ। ਸੋ ਕਹਿਣ ਦਾ ਅਰਥ ਇਹ ਕਿ ਇਹਦੇ ਨਾਲ ਬਹੁਤ ਵੱਡਾ ਇੱਕ ਸੱਟਬੈਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਪਹੁੰਚਦਾ, ਅਤੇ ਅਸੀਂ ਹੁਣ ਕਰ ਦਈਏ ਬਾਦਲ ਪਰਿਵਾਰ ਦੀ ਗੱਲ। ਬਾਦਲ ਪਰਿਵਾਰ ਜਿਹੜਾ ਬੀਤੇ ਦੋ ਦਹਾਕੇ ਮਾਫ ਕਰਦਾ 3 ਦਹਾਕਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ਾ ਉਹਨਾਂ ਨੇ ਖੰਘਾ ਨਹੀਂ ਦਿੱਤਾ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਤਰੀਕੇ ਨਾਲ ਬਾਦਲ ਪਰਿਵਾਰ ਨੇ ਵਰਤਿਆ, ਸ਼ਾਇਦ ਉਸ ਦਾ ਸਿੱਟਾ ਫਿਰ ਇਹੋ ਹੀ ਨਿਕਲਣਾ ਸੀ ਕਿ ਹੌਲੀ ਹੌਲੀ ਹਰ ਰਾਜ ਦੇ ਹਰ ਪ੍ਰਾਂਤ ਦੀਆਂ ਹਰ ਗੁਰਦੁਆਰੇ ਨਾਲ ਸੰਬੰਧਿਤ ਕਮੇਟੀਆਂ ਆਪੋ ਆਪਣੀਆਂ ਗਠਨ ਜਿਹੜੀਆਂ ਸ਼ੁਰੂ ਹੋ ਗਈਆਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਲ ਕੰਮ ਸੀ ਧਰਮ ਪ੍ਰਚਾਰ ਕਰਨਾ। ਧਰਮ ਪ੍ਰਚਾਰ ਕਰਨ ਦੇ ਮਨੋਰਥ ਤੋਂ ਉਹ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਟਕਦੀ ਭਟਕਦੀ ਇੰਨੀ ਦੂਰ ਚਲੀ ਗਈ ਕਿ ਉਹ ਸਿਰਫ ਬਾਦਲ ਪਰਿਵਾਰ ਤੱਕ ਹੀ ਸੀਮਿਤ ਹੋ ਗਈ। ਤਾਂ ਬਾਦਲ ਪਰਿਵਾਰ ਨੇ ਆਪਣੇ ਹੱਕਾਂ ਅਤੇ ਹਿੱਤਾਂ ਵਾਸਤੇ ਵਰਤਿਆ, ਅਤੇ ਜਿਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਵੀ ਆਵਾਜ਼ਾਂ ਪੰਜਾਬ 'ਚੋਂ ਵੀ ਉੱਠਦੀਆਂ ਨੇ ਅਤੇ ਬਾਹਰ ਵੀ ਉੱਠਦੀਆਂ ਰਹੀਆਂ ਨੇ। ਸੋ ਇਸ ਸਭ ਕਾਹੇ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਖਾਸ ਤੌਰ 'ਤੇ ਸੁਖਬੀਰ ਸਿੰਘ ਬਾਦਲ ਹੋਣਾਂ ਨੂੰ ਜਿਹੜੀ ਆ ਸੱਟ ਬਹੁਤ ਵੱਡੀ ਪਹੁੰਚੀ ਆ, ਕਿਉਂਕਿ ਪਹਿਲਾਂ ਤਾਂ ਜੇਕਰ ਰਾਸ਼ਟਰੀ ਪੱਧਰ 'ਤੇ ਗੱਲ ਕਰ ਲਓ, ਉਹ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਕਹਿੰਦੀ ਸੀ ਕਿ 25 ਸਾਲ ਰਾਜ ਕਰਨਾ, 2 ਸੀਟਾਂ 'ਤੇ ਸਿਮਟ ਕੇ ਰਹਿ ਗਈ। ਸੰਗਰੂਰ ਦੀ ਜਿਹੜੀ ਜਿਮਨੀ ਚੋਣ ਸੀ ਉਹਦੇ ਵਿੱਚ ਉਹਨਾਂ ਦਾ ਉਮੀਦਵਾਰ ਬੰਦੀ ਸਿੰਘਾਂ ਨੂੰ ਛਡਾਉਣ ਦੇ ਮੁੱਦੇ ਨੂੰ ਉਭਾਰਦਿਆਂ ਹੋਇਆਂ ਵੀ ਜਮਾਨਤ ਜਿਹੜੀ ਆਪਣੀ ਬਚਾ ਨਹੀਂ ਸਕਿਆ। ਤਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਹ ਹੁਣ ਇੱਕ ਘੱਟ ਜਿਹੜਾ ਸੱਟਬੈਕ ਪਹੁੰਚਦੀ ਆ, ਇਹਦੇ ਨਾਲ ਵਾਕਿਆ ਹੀ ਬਾਦਲ ਪਰਿਵਾਰ ਨੂੰ ਅਤੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਬੜੀ ਵੱਡੀ ਜਿਹੜੀ ਉਹ ਸੱਟ ਲੱਗਦੀ ਆ, ਕਿਉਂਕਿ ਪੰਥਕ ਮੁੱਦੇ ਅਜਿਹੇ ਮੁੱਦੇ ਨੇ ਕਿ ਜਿਨ੍ਹਾਂ ਦੀ ਰਾਖੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਕਰਦਾ ਆਇਆ। ਤਾਂ ਜੇਕਰ ਹੁਣ ਇਸ ਪੰਥਕ ਮੁੱਦੇ 'ਤੇ ਹੀ ਸ਼੍ਰੋਮਣੀ ਅਕਾਲੀ ਦਲ ਬੈਕਫੁੱਟ 'ਤੇ ਚਲਾ ਜਾਏਗਾ ਤਾਂ ਉਸਦੀ ਹੋਂਦ ਕੁਦਰਤੀ ਤੌਰ 'ਤੇ ਉਸ ਨੂੰ ਸੱਟਬੈਕ ਪਹੁੰਚ ਰਹੀ ਆ। ਬਾਕੀ ਸੁਖਵਿੰਦਰ ਜੀ ਇਹਦੇ ਵਿੱਚ ਸੰਵਿਧਾਨਕ ਤੌਰ 'ਤੇ ਕੀ ਹੈ ਜਾਂ ਕੀ ਨਹੀਂ ਨੁਕਤਾ ਨਾ, ਉਹ ਇੱਕ ਅਲੱਗ ਮੁੱਦਾ। ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਰਤੋਂ ਬਾਦਲ ਪਰਿਵਾਰ ਨੇ ਆਪਣੇ ਹੱਕਾਂ ਅਤੇ ਆਪਣੇ ਹਿੱਤਾਂ ਨੂੰ ਵਰਤਣ ਵਾਸਤੇ ਕੀਤੀ, ਉਹਦਾ ਸਿੱਟਾ ਇਹੋ ਹੀ ਨਿਕਲਣਾ ਸੀ। ਸ਼ਾਇਦ ਇਸ ਸਭ ਕਾਸੇ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਅਜੇ ਤੱਕ ਪੂਰਨ ਤੌਰ 'ਤੇ ਇਸ ਚੀਜ਼ ਨੂੰ ਸਮਝਣ ਨੂੰ ਤਿਆਰ ਨਹੀਂ ਹੋਏ। ਕੱਲ੍ਹ ਜਿਸ ਤਰੀਕੇ ਨਾਲ ਉਹਨਾਂ ਨੇ ਮਨਜਿੰਦਰ ਸਿੰਘ ਸਰਸੇ ਨੂੰ ਭਾਜਪਾ ਦਾ ਏਜੰਟ ਦੱਸਤਾ, ਬਲਜੀਤ ਸਿੰਘ ਦਾਦੂਵਾਲ ਨੂੰ ਏਜੰਟੀਆਂ ਦਾ ਦੱਸਤਾ, ਘੱਟ ਤੋਂ ਘੱਟ ਕਿਸੇ ਦੂਜੇ 'ਤੇ ਇਲਜ਼ਾਮ ਲਾਉਣ ਦੀ ਬਜਾਏ ਤੁਸੀਂ ਆਪਣੇ ਪਿਛੋਕੜ ਵਿੱਚ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਉੱਤੇ ਵੀ ਨਜ਼ਰਸਾਨੀ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਹੈ। ਬਲਜੀਤ ਸਿੰਘ ਦਾਦੂਵਾਲ ਜੋ ਹੁਣ ਕੈਪਟਨ ਅਮਰਿੰਦਰ ਸਿੰਘ ਉਹ 'ਚ ਗਏ ਨੇ, ਤਾਂ ਕੱਲ੍ਹ ਨੂੰ ਜਦੋਂ ਅਗਲੀਆਂ ਚੋਣਾਂ ਹੋਣਗੀਆਂ ਜਾਂ ਕਿਹੋ ਜਿਹੇ ਸੰਦਰਭ ਹੋਣੇ ਜਾਂ ਕਿਹੋ ਜਿਹੇ ਨਹੀਂ ਹੋਣੇ, ਉਹ ਵਕਤੀ ਤੌਰ 'ਤੇ ਸਮਾਂ ਆਏਗਾ। ਪਰ ਇਹਦੇ ਨਾਲ ਜਿਸ ਤਰੀਕੇ ਨਾਲ ਭਾਜਪਾ ਜਿਹੜੀ ਮਜ਼ਬੂਤ ਹੋ ਕੇ ਹੁਣ ਪੰਜਾਬ 'ਚ ਐਂਟਰ ਕਰ ਰਹੀ ਆ, ਕੁਦਰਤੀ ਤੌਰ 'ਤੇ ਉਸਦੀ ਨਿਸ਼ਾਨਾ ਜਿਹੜਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਉਹ ਚੋਣਾਂ ਨੇ ਜਿਹੜੀਆਂ ਦਸੰਬਰ ਜਾਂ ਨਵੰਬਰ 'ਚ ਹੋ ਸਕਦੀਆਂ। ਅਤੇ ਜੇ ਸੁਖਵਿੰਦਰ ਜੀ ਉਹਦੇ ਵਿੱਚ ਵੀ ਭਾਜਪਾ ਆਪਣਾ ਇੱਕ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ ਸਿੱਖ ਚਿਹਰਿਆਂ ਨੂੰ ਲੈ ਕੇ, ਤਾਂ ਫਿਰ ਇਹ ਸਮਝੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭੋਗ ਜਿਹੜਾ ਨਾ ਉਹ ਜਲਦੀ ਪੈ ਜਾਏਗਾ। ਅਕਾਲੀ ਦਲ ਦਾ ਨਹੀਂ, ਬਾਦਲ ਪਰਿਵਾਰ ਦਾ ਭੋਗ ਹੈ। ਜਥੇਬੰਦੀਆਂ ਜਿਹੜੀਆਂ ਉਹ ਚਾਹੇ ਸਿਮਰਨਜੀਤ ਮਾਨ ਵਾਲੀ ਹੋਵੇ, ਚਾਹੇ ਭਾਈ ਰਣਜੀਤ ਸਿੰਘ ਵਾਲੀ ਹੋਵੇ, ਸਾਰੇ ਦੇ ਸਾਰੇ ਜਿਹੜੇ ਉਹ ਬਾਦਲ ਪਰਿਵਾਰ ਦੇ ਮਗਰ ਪਏ ਹੋਏ ਆ। ਉੱਧਰ ਚਾਹੇ ਉਹ ਸੁਖਦੇਵ ਸਿੰਘ ਢੀਂਡਸਾ ਹੋਣਾ ਧੜਾ ਲਾ ਲਈਏ, ਸਾਰੇ ਦੇ ਸਾਰੇ ਲੋਕ ਜਿਹੜੇ ਆ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੇ ਲਈ ਅੱਗੇ ਲੱਗੇ ਹੋਏ ਆ। ਸਾਰੇ ਦੇ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਜਿਹੜੀਆਂ ਜਾਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਟਣਕੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਾਂ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖ਼ਬਰਾਂ 'ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਈ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।